ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਉਸ ਪਰਿਵਾਰ ਦੀਆਂ ਨੇ ਜਿਨ੍ਹਾਂ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਇਹਨਾਂ ਦੀਆਂ ਲਾਸ਼ਾਂ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਦਰਅਸਲ ਤਰਨ ਤਾਰਨ ਦੇ ਪੱਟੀ ਅਧੀਨ ਆਉਂਦੇ ਪਿੰਡ ਟੋਟੀਆਂ ਵਿੱਚ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚੱਲਦੇ 3 ਲੋਕਾਂ ਦਾ ਕਤਲ ਕੀਤਾ ਗਿਆ। ਪਰਿਵਾਰਿਕ ਮੈਂਬਰ ਮੁਤਾਬਿਕ ਇਸ ਪਰਿਵਾਰ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਮੀਨ ਦਾ ਝਗੜਾ ਚੱਲਦਾ ਆ ਰਿਹਾ ਤੇ ਇਸੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਬੀਤੀ ਰਾਤ ਇਹਨਾਂ ਦਾ ਕਤਲ ਕੀਤਾ ਗਿਆ ਹੈ। ਇਹ ਜੀ ਮੇਰੇ ਤਾਏ ਦਾ ਲੜਕਾ ਜੀ ਦਲਬੀਰ ਸਿੰਘ ਅਤੇ ਇਹ ਆਪਣੇ ਇੱਥੇ ਘਰ ਰਾਤ ਇਹਨਾਂ ਨੂੰ ਕਿਸੇ ਨੇ ਮਤਲਬ ਕਿ ਵੜਤਾ ਜੀ। ਇਹ ਕਾਰਨ ਇਹਨਾਂ ਦਾ ਕੋਈ ਪੈਲੀ ਪੁਲੀ ਦਾ ਜੀ ਉਸੇ ਚੱਕਰ 'ਚ ਸਾਨੂੰ ਤਾਂ ਲੱਗਦਾ ਇਹਨਾਂ ਦਾ ਕੇਸ ਚੱਲਦਾ ਪੈਲੀ ਦਾ ਜੀ। ਹਾਂਜੀ ਇਹ 3 ਵੱਡੇ ਦੇ 4 ਜਣੇ ਜੀ, ਇੱਕ ਗੁੱਡੀ ਜਸ਼ਨਦੀਪ ਜਿਹੜੀ ਉਹ ਵੱਜ ਗਈ ਹੈ ਜੀ ਅਤੇ ਮੇਰਾ ਭਰਾ ਦਲਬੀਰ ਸਿੰਘ ਚਾਚੇ ਤਾਏ ਦਾ ਲੜਕਾ ਜੀ ਅਤੇ ਉਹਦੀ ਘਰ ਵਾਲੀ ਜਿਹੜੀ ਦਲਬੀਰ ਕੌਰ ਅਤੇ ਇੱਕ ਆਪਣੀ ਭਤੀਜੀ ਹੈ ਜੀ ਉਹ ਕਤਲ ਹੋਇਆ ਜੀ। 3 ਜਣਿਆਂ ਦਾ ਕਤਲ ਹੋਇਆ ਜੀ। ਇਸ ਕਤਲ ਬਾਰੇ ਪਿੰਡ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਕਤਲ ਜ਼ਮੀਨੀ ਵਿਵਾਦ ਕਾਰਨ ਹੋਇਆ ਹੈ ਜੋ ਕਿ ਪਿੰਡ ਧੂੜ ਵਿੱਚ ਹੈ। ਉਹਨਾਂ ਕਿਹਾ ਕਿ ਇਹ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਤੇ ਇਹਨਾਂ ਦਾ ਪਿੰਡ ਵਿੱਚ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਇਹ ਜੀ 3 ਬੰਦਿਆਂ ਦਾ ਮਰਡਰ ਹੋਇਆ ਜੀ ਤੇ ਇੱਕ ਬੇਟੀ ਹੈ ਛੋਟੀ ਜੀ ਜਸ਼ਨ ਉਹ ਜ਼ਖਮੀ ਹੋਈ ਹੈ ਜੀ। ਉਹਨਾਂ ਨੂੰ ਉੱਥੇ ਸਿਟੀ ਹੌਸਪੀਟਲ ਤਰਨ ਤਾਰਨ ਐਡਮਿਟ ਕਰਾਇਆ ਜੀ। ਇਹ ਦਲਬੀਰ ਸਿੰਘ ਐਲੀਅਸ ਭੋਲਾ ਪੁੱਤਰ ਬਚਿੰਦ ਸਿੰਘ ਬਹੁਤ ਸ਼ਰੀਫ ਪਰਿਵਾਰ ਆ ਜੀ। ਆਪਣੀ ਡਿਊਟੀ ਕਰਦਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੇਵਾਦਾਰ ਆ ਜੀ। ਸਵੇਰੇ ਜਾਂਦਾ ਸ਼ਾਮਾਂ ਨੂੰ ਆਪਦੀ ਡਿਊਟੀ 'ਤੇ ਆਉਂਦਾ। ਛੋਟਾ ਜਿਹਾ ਪਰਿਵਾਰ ਆ, ਸ਼ਰੀਫ ਪਰਿਵਾਰ ਆ ਜੀ। ਪਿੰਡ ਦੇ ਵਿੱਚ ਇਹਨਾਂ ਦਾ ਕਿਸੇ ਦੇ ਨਾਲ ਕੋਈ ਰੰਜਿਸ਼ ਬਾਈ ਨਹੀਂ ਹੈਗੀ। ਕੇਵਲ ਤਾਂ ਇਹਨਾਂ ਦਾ ਪਰਿਵਾਰ ਮੈਂਬਰ ਦੱਸਦੇ ਨੇ ਕਿ ਇਹਨਾਂ ਦਾ ਜ਼ਮੀਨ ਦਾ ਝਗੜਾ ਇਹਨਾਂ ਦੇ ਸਹੁਰਿਆਂ ਦੇ ਨਾਲ ਸਾਲੇ ਦੇ ਨਾਲ ਚੱਲਦਾ ਸੀਗਾ। ਇਹ 2.5-3 ਕਿੱਲੇ ਦੱਸਦੇ ਆ ਜੀ। ਇਹ ਤੁੜ ਪਿੰਡ ਦੇ ਵਿੱਚ ਆ ਜੀ। ਉਹਨਾਂ ਦਾ ਇਹਨਾਂ ਦੇ ਹੱਕ 'ਚ ਕੇਸ ਹੋਇਆ ਆ ਤੇ ਅੱਜ ਭਲਕੇ ਇਹਨਾਂ ਨੇ ਦਖਲ ਜਾਰੀ ਕਰਾਉਣਾ ਸੀਗਾ, ਉਹਦਾ ਕਬਜ਼ਾ ਲੈਣਾ ਸੀ ਜ਼ਮੀਨ ਦਾ ਜੀ। ਉਧਰ ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਲੜਕੀ ਜੋ ਇਲਾਜ ਅਧੀਨ ਹੈ ਉਸ ਦੇ ਹੋਸ਼ 'ਚ ਆਉਂਦਿਆਂ ਹੀ ਉਸ ਕੋਲੋਂ ਜਾਣਕਾਰੀ ਲਈ ਜਾਵੇਗੀ ਤੇ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹ ਟੋਟੀਆਂ ਪਿੰਡ 'ਚ ਦਲਵੀਰ ਸਿੰਘ ਨਾਂ ਦਾ ਆਦਮੀ ਹੈ, ਇਹਦਾ ਘਰ ਆ, ਇਹਦੀ 50 ਸਾਲ ਏਜ ਹੈਗੀ ਆ, ਇੱਕ ਇਹਦੀ ਵਾਈਫ ਆ, ਦੋ ਇਹਦੀਆਂ ਬੇਟੀਆਂ, 4 ਜਣੇ ਇੱਥੇ ਰਹਿੰਦੇ ਆ, ਕਿਸਾਨ ਆ, ਸਿੰਪਲ ਜਿਹਾ ਪਰਿਵਾਰ ਆ। ਇਹ ਰਾਤ ਜਿਹੜਾ ਦਰਮਿਆਨੀ ਰਾਤ ਜਿਹੜੀ ਪਿੱਛੇ ਲੰਘ ਕੇ ਗਈ ਆ, ਰਾਤ 'ਤੇ ਕੋਈ ਸ਼ਾਰਪ ਵੈਪਨਾਂ ਨਾਲ ਮਰਡਰ ਹੋਏ ਆ ਜਿਹੜਾ ਕੋਈ, ਅਤੇ ਮੌਕੇ 'ਤੇ ਆਏ ਹਾਂ, ਵੈਰੀਫਾਈ ਕਰ ਰਹੇ ਹਾਂ, ਇਨਵੈਸਟੀਗੇਸ਼ਨ ਕਰ ਰਹੇ ਹਾਂ। ਫਿਲਹਾਲ ਸ਼ੁਰੂਆਤੀ ਜਾਂਚ 'ਤੇ ਕਤਲ ਜ਼ਮੀਨੀ ਵਿਵਾਦ ਕਰਕੇ ਹੋਇਆ ਲੱਗ ਰਿਹਾ, ਪਰ ਇਸ ਕਤਲ ਪਿੱਛੇ ਦੀ ਅਸਲ ਕਹਾਣੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਤਰਨ ਤਾਰਨ ਤੋਂ ਜਸਬੀਰ ਲੱਡੂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਦਿਲ ਤੇ ਯਾਪੀ ਵਿਰਦਾ ਤੇਰਾ ਨਾਮ ਵਟਿਆਰੇ ਨੀ, ਕੱਲ ਰਾਤੀ ਮੈਂ ਲਿਖਤਾ ਤੇਰਾ ਨਾਮ ਬਨੇਰੇ ਤੇ, ਮੁੰਡਾ ਦਿਲ ਤੇ ਯਾਪੀ ਬੈਠਾ ਤੇਰਾ ਨਾਮ ਵਟਿਆਰੇ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9553 9563।